ਤੇ ਇਸ ਵੀਰ ਦਾ ਨਾਮ ਬਾਊ ਹੈ ਜੀ ਤੇ ਇਹ ਵੀਰ ਜੰਮੂ ਆਰਐਸ ਪੂਰੇ ਗੁਲਾਮ ਬਣਾ ਕੇ ਰੱਖਿਆ ਗਿਆ ਸੀ 4 ਸਾਲ ਤੋਂ ਤੇ ਸਾਡੀ ਉੱਥੇ ਟੀਮ ਮੈਂਬਰ ਹੈ ਜੀ ਅਜੇ ਵੀਰ ਆ ਉਹ ਸਾਡੀ ਟੀਮ ਦਾ ਮੈਂਬਰ ਆ ਉਸ ਵੀਰ ਨੇ ਇਹਨੂੰ ਸਾਡੇ ਨਾਲ ਗੱਲਬਾਤ ਕਰਕੇ ਇਹਦਾ ਰੈਸਕਿਊ ਕੀਤਾ ਤੇ ਸਾਡੇ ਤੱਕ ਪਹੁੰਚਾਇਆ ਜੀ ਜਦੋਂ ਇਹਦੇ ਇਹਨੂੰ ਲੈ ਕੇ ਆਏ ਜੀ ਤੇ ਇਹਦੇ ਨਾ ਬਹੁਤ ਜ਼ਿਆਦਾ ਮਤਲਬ ਕਿ ਮਾੜੇ ਹਾਲਾਤ ਸੀ ਬਹੁਤ ਜ਼ਿਆਦਾ ਗੰਦ ਮਤਲਬ ਕਿ ਵਾਲ ਵੀ ਬਹੁਤ ਜ਼ਿਆਦਾ ਵੱਡੇ ਵੱਡੇ ਸੀ ਇਹਦੇ ਨੌ ਹੱਥ ਪੈਰ 'ਚ ਜਿੱਦਾਂ ਬਹੁਤ ਜ਼ਿਆਦਾ ਮਾੜੇ ਹਾਲਾਤ ਸੀ ਇਹਦੇ ਅਤੇ ਉਦੋਂ ਤੋਂ ਆਪਾਂ ਨੂੰ ਮੈਡੀਸਨ ਦੇ ਦਿੰਦੇ ਸੀ ਵੀ ਮਤਲਬ ਕਿ ਇਹਨੂੰ ਰੈਸਟ ਮਿਲੇ ਪ੍ਰੋਪਰ ਅਤੇ ਇਹ ਆਪਣਾ ਨਾਂ ਦੱਸ ਸਕੇ ਜਦੋਂ ਇਹਨੂੰ ਨਾਂ ਪੁੱਛਦੇ ਸੀ ਅਤੇ ਇਹ ਪ੍ਰੋਪਰ ਦੱਸ ਨਹੀਂ ਪਾਉਂਦਾ ਰਿਹਾ ਅਤੇ ਇਹੀ ਬੋਲਦਾ ਰਿਹਾ ਸੀ ਵੀ ਮਹਾਰਾਜ ਬਸ ਇੰਨਾ ਹੀ ਬੋਲਦਾ ਰਹੇ ਮਹਾਰਾਜ ਬਸ ਜਦੋਂ ਇਹਨੂੰ ਪ੍ਰੋਪਰ ਜਦੋਂ ਮੈਡੀਸਨ ਦਿੱਤੀ ਥੋੜ੍ਹੀ ਬਹੁਤੀ ਹੋਸ਼ ਆਈ ਅਤੇ ਫਿਰ ਇਹਨੇ ਆਪਣਾ ਨਾਂ ਲਿਆ ਅਤੇ ਫਿਰ ਆਪਾਂ ਰਾਤ ਇਹਨਾਂ ਦੇ ਭਾਈ ਹੋਣਾਂ ਦੇ ਉੱਧਰ ਧਾਰੀ ਅਲੱਗ ਕਾਲ ਕੀਤੀ ਅਤੇ ਇਹਨਾਂ ਦਾ ਐਡਰੈਸ ਲੱਭਾ ਜੀ ਇਹਨੂੰ ਅਤੇ ਆਪਾਂ ਰਾਤ ਇਹਨਾਂ ਨੂੰ ਕਿਹਾ ਵੀ ਤੁਸੀਂ ਆ ਜਾਓ ਸਵੇਰੇ ਤੁਹਾਡਾ ਅਸੀਂ ਬੱਚਾ ਵਾਪਸ ਦੇ ਦਿਆਂਗੇ ਹਾਂਜੀ ਇਹਨਾਂ ਦੇ ਜਿਹੜੇ ਫਾਦਰ ਸਾਹਿਬ ਆ ਵੀ ਥੋੜ੍ਹੇ ਵੀਰ ਉਹਨਾਂ ਨੇ ਦੱਸਿਆ ਕਿ ਥੋੜ੍ਹੇ ਦਿਮਾਗ ਤੋਂ ਇੱਦਾਂ ਹੀ ਆ ਮੈਂਟਲੀ ਅਪਸੈਟ ਆ ਥੋੜ੍ਹੇ ਅਤੇ ਜਿਹੜੀ ਮਾਤਾ ਜੀ ਆ ਉਹ ਵੀ ਇਹਦੇ ਦੁੱਖ ਕਰਕੇ ਉਹਨਾਂ ਦੀ ਡੈਥ ਹੋ ਗਈ ਹੈ ਅਤੇ ਪਿਤਾ ਜੀ ਦਾ ਵੀ ਥੋੜ੍ਹਾ ਦਿਮਾਗ ਇਹੀ ਸੋਚ ਸੋਚ ਕੇ ਮੈਂਟਲ ਹੋ ਗਿਆ ਥੋੜ੍ਹਾ ਜਿਹਾ ਵੀ ਸਾਡਾ ਬੱਚਾ ਪਤਾ ਨਹੀਂ ਕਿੱਥੇ ਚਲ ਗਿਆ ਅੱਜ ਹੁਣ ਤੁਹਾਡੇ ਸਾਹਮਣੇ ਖੜ੍ਹਾ ਜੀ ਉਸ ਅਕਾਲ ਪੁਰਖ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਇਹਨੂੰ ਇਹਦੇ ਪਰਿਵਾਰ ਨੂੰ ਮਿਲਾ ਦਿੱਤਾ ਜੀ ਅਤੇ ਆਪਾਂ ਇਹ ਵੀ ਕੋਸ਼ਿਸ਼ ਕਰਾਂਗੇ ਵੀ 4 ਸਾਲ ਦਾ ਜਿਹੜਾ ਉਹਨਾਂ ਨੇ ਬੰਦੀ ਬਣਾ ਕੇ ਰੱਖਿਆ ਸੀ ਜਿਸ ਪਰਿਵਾਰ ਨੇ ਉਦੋਂ ਕੋਈ ਇਹਨਾਂ ਨੂੰ ਹੱਕ ਦਵਾਈਏ ਜੀ ਹੁਣ ਆਪਾਂ ਇਹਨਾਂ ਨੂੰ ਲੈ ਕੇ ਇੱਕ ਦੋ ਦਿਨ ਤੱਕ ਜੰਮੂ ਜਾਵਾਂਗੇ ਉੱਥੋਂ ਦੀ ਪੁਲਿਸ ਸਟੇਸ਼ਨ ਗੱਲ ਕਰਕੇ ਇਹਨਾਂ ਨੂੰ ਜੋ ਇਹਦਾ ਬੰਦਾ ਮੁਆਵਜ਼ਾ ਉਹ ਦਵਾਵਾਂਗੇ ਜੀ ਬਾਊ 4 ਸਾਲ ਹੋ ਗਏ ਗੁਆਚਣ ਜੀ ਹਾਂਜੀ ਚੱਲ ਗਿਆ ਮੈਂ ਕੰਮ ਤੇ ਗਿਆ ਸੀ ਚੋਰੀ ਪੈਣ ਕਿਤੇ ਨਿਕਲ ਗਿਆ ਜੀ ਹਾਂਜੀ ਮੈਨੂੰ ਪੁੱਛ ਕੇ ਨਹੀਂ ਗਿਆ ਚੋਰੀ ਨਿਕਲ ਗਿਆ ਜੀ ਹਾਂਜੀ 4 ਸਾਲ ਹੋ ਗਏ ਜੀ ਮੈਂ ਲੱਭਦਾ ਰਿਹਾ ਬੜਾ ਜੀ ਬੜਾ ਫਿਰਿਆ ਬਟਾਲੇ ਵੱਲ ਬੜਾ ਪਿੰਡ ਫਿਰਿਆ ਧਾਰੀਆ ਵੱਲ ਬਟਾਲਾ ਅੰਮ੍ਰਿਤਸਰ ਰੋਡ ਉੱਧਰ ਬੜਾ ਫਿਰਿਆ ਅਮੂਨਾ ਕੋਲ ਫਿਰਿਆ ਧਾਰੀਆ ਵੱਲ ਹਰ ਇਲਾਕਾ ਫਿਰਿਆ ਉੱਧਰ ਮੈਨੂੰ ਨਹੀਂ ਲੱਭਾ ਜੀ ਮੇਰਾ ਬੈ ਹਾਂਜੀ ਮਰ ਗਈ ਉਹ ਘਰ ਦੀ ਮੇਰੀ ਗਮ ਨਾਲ ਹੀ ਤੇਰੇ ਪੂਰੀ ਹੋ ਗਈ ਕੀ ਕਰਨਾ ਫਿਰ ਮੈਂ ਹਾਂਜੀ ਇਹ ਮੁੰਡਾ ਸਾਡੇ ਪਿੰਡ ਦਾ ਬੰਦਾ ਸੀ ਉਹਨੇ ਦੱਸਿਆ ਹਚਾਨੀਆਂ ਦਾ ਕਹਿੰਦਾ ਤੁਹਾਡਾ ਮੁੰਡਾ ਉੱਥੇ ਹੈਗਾ ਅਤੇ ਉੱਥੇ ਫਿਰਦਾ ਉੱਥੋਂ ਲੈ ਆਓ ਮੇਰਾ ਨਿੰਮਾ ਭਾਅ ਜੀ ਇਹ ਮੇਰੇ ਚਾਚੇ ਦਾ ਮੁੰਡਾ ਭਾਅ ਜੀ ਇਹ ਭਾਅ ਜੀ ਘਰੋਂ ਕਹਿੰਦਾ ਮੈਂ ਮਾਤਾ 'ਤੇ ਚੱਲਿਆ ਵਾਂ ਅਤੇ ਅੱਜ ਤੋਂ 4 ਕੁ ਸਾਲ ਪਹਿਲਾਂ ਇਹ ਘਰੋਂ ਚੱਲ ਗਿਆ ਵਾ ਆਪਾਂ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਇਹ ਕਿੱਥੇ ਨਹੀਂ ਲੱਭਿਆ ਸਾਨੂੰ ਅਤੇ ਹੁਣ ਸਾਨੂੰ ਪਤਾ ਲੱਗਿਆ ਕੱਲ੍ਹ ਹੀ ਵੀ ਭਾਅ ਜੀ ਉਹਨਾਂ ਦਾ ਫੋਨ ਆਇਆ ਵੀ ਇਹਨਾਂ ਨੇ ਕਿਸੇ ਨੇ ਬੰਦੀ ਬਣਾਇਆ ਸੀ ਭਾਅ ਜੀ ਉਹਨੇ ਛਡਾ ਕੇ ਲਿਆਂਦਾ ਵਾ ਬਹੁਤ ਬਹੁਤ ਧੰਨਵਾਦ ਆਪਾਂ ਕਰਦੇ ਭਾਅ ਜੀ ਉਹਨਾਂ ਦਾ ਜਿਨ੍ਹਾਂ ਨੇ ਸਾਡੀ ਹੈਲਪ ਕੀਤੀ ਆ ਇਹ ਮੁੰਡਾ ਭਾਈ 4 ਸਾਲ ਦਾ ਗੈਪ ਹੋਇਆ ਇਹਦੀ ਮਾਤਾ ਗਮ ਨਾਲ ਡੈਥ ਹੋ ਗਈ ਆ 2 ਕੁ ਸਾਲ ਹੋ ਗਏ ਆ ਹਾਂਜੀ ਹਾਂਜੀ ਭਾਅ ਜੀ ਉਹਨਾਂ ਦਾ ਫੋਨ ਸਾਨੂੰ ਰਾਤੀ ਆਇਆ ਸੀ ਵੀ ਇੱਦਾਂ ਦਾ ਗੱਲ ਆ ਵੀ ਤੁਹਾਡਾ ਮੁੰਡਾ ਸਾਡੇ ਕੋਲ ਆ ਆਪਾਂ ਕਿਸੇ ਨੇ ਬੰਦੀ ਬਣਾਇਆ ਸੀ ਉਹਦੇ ਕੋਲ ਛਡਾ ਕੇ ਤੇ ਸਾਡੇ ਵਾਲੇ ਕਰਨ ਲੱਗੇ ਭਾਅ ਜੀ ਬਹੁਤ ਬਹੁਤ ਧੰਨਵਾਦ ਇੰਨਾ ਭਾਅ ਜੀ ਉਹਨਾਂ ਦਾ ਜਿਹੜੇ ਗਰੀਬਾਂ ਦਾ ਭਲਾ ਕਰਨ ਡੇ ਆ ਹਾਂਜੀ